वाहिगुरु जी का खालसा वाहिगुरु जी की फतेह। गुरु प्यारियो गुरु सवारियो साडे चैनल नूं सबसक्राइब कर लियो ते वीडियो नूं शेयर जरूर करियो, लाइक ते कमेंट भी जरूर करिया करो। संगत जी, भूत प्रेत आत्मा दा नां सुन के अज दे लोग बस इक्को गल कहिंदे ने कि अजिहा कुछ भी दुनिया विच नहीं हुंदा, क्योंकि अजिहा कोई भी भूत प्रेत उन्हां ने देखिया नहीं। पर जरूरी नहीं जो दिखाई देवे उही सच हुंदा है। लुधियाणे दे डाक्टर जगरूप सिंह जो कि जियोलॉजी दे प्रोफेसर ने, उन्होंने अपनी जिंदगी दा इक पन्ना फरोल के दुनिया दे सामने रख दिता है, जिसनों सुन के वड्डे वड्डे लोकां दीयां लत्तां तक कम गईयां ने। डाक्टर जगरूप सिंह ने दस्सिया कि वह न्यूजीलैंड दे विच पढ़ाई करन तों बाद पंजाब आए ते इत्थे सरकारी कालज दे विच पढ़ाउणा शुरू कर दिता। समा बीत रहा सी ते मेरी अपनी कहिंदे खुद दीयां रिसर्चां चलदीयां रहिंदियां सन। अपनी खोजां दे सिलसिले दे विच मैं भारत, चीन, नेपाल, सिंगापुर दे जंगलां दे विच जाके खोजां करदा सी। जिंदगी वधिया चल रही सी, पर कई वार जिंदगी कुछ अजिहा दिखा दिंदी है जिसकी आपां कल्पना तक भी नहीं कीती हुंदी। ना चाहुंदे ਹੋਇਆ ਵੀ ਉਹ ਗੱਲਾਂ ਨੂੰ ਮੰਨਣਾ ਪੈਂਦਾ। ਜੀ ਹਾਂ, ਸਾਲ 2009 ਦੇ ਵਿੱਚ ਮੇਰੇ ਨਾਲ ਕਹਿੰਦੇ ਅਜਿਹਾ ਕੁਝ ਹੋਇਆ ਜਿਸ ਨੂੰ ਮੈਂ ਭੁੱਲ ਨਹੀਂ ਸੀ ਸਕਦਾ, ਤੇ ਅੱਜ ਵੀ ਉਹ ਘਟਨਾ ਨੂੰ ਯਾਦ ਕਰਕੇ ਮੈਂ ਕੰਬ ਉੱਠਦਾ। ਤੇ ਤਰਕਵਾਦੀ ਇਨਸਾਨ ਸੀ, ਸਾਜਦਾਨ ਸੀ ਤੇ ਭੂਤ ਪ੍ਰੇਤ ਅੰਧ ਵਿਸ਼ਵਾਸ ਦੇ ਉੱਤੇ ਮੈਂ ਧਿਆਨ ਨਹੀਂ ਸਾ ਦਿੰਦਾ। ਇੱਕ ਖੋਜ ਕਹਿੰਦੇ ਮੈਨੂੰ ਸਾਲ 2009 ਦੇ ਵਿੱਚ ਯੂਪੀ ਦੇ ਜੰਗਲਾਂ ਤੱਕ ਲੈ ਗਈ। ਜੰਗਲ ਮੇਰੇ ਲਈ ਕੋਈ ਨਵਾਂ ਨਹੀਂ ਸੀ, ਪਰ ਇਲਾਕੇ ਬਾਰੇ ਮੈਨੂੰ ਕੋਈ ਖਾਸ ਜਾਣਕਾਰੀ ਨਹੀਂ ਸੀ। ਮੇਰੇ ਦੋ ਵਿਦਿਆਰਥੀਆਂ ਦੇ ਨਾਲ ਦੋ ਬੰਦੇ ਸਾਡੇ ਨਾਲ ਉਸ ਜੰਗਲਾਂ ਦੇ ਵਿੱਚ ਗਏ ਤੇ ਜੰਗਲ ਦੇ ਵਿੱਚ ਪਹੁੰਚ ਗਏ ਤੇ ਜੰਗਲ ਤੋਂ ਬਾਹਰ ਜੰਗਲਾਤ ਵਿਭਾਗ ਦਾ ਕੁਆਟਰ ਸੀ, ਜਿਸ ਵਿੱਚ ਰੁਕਣ ਦਾ ਆਪਾਂ ਇੰਤਜ਼ਾਮ ਕੀਤਾ, ਜੋ ਕਿ ਕਾਫੀ ਸਮੇਂ ਤੋਂ ਬੰਦ ਪਿਆ ਸੀ। ਕਾਫੀ ਵੱਖਰਾ ਜਾ ਰਿਹਾ, ਵਿਭਾਗ ਦੇ ਲੋਕ ਉੱਥੇ ਘੱਟ ਹੀ ਡਿਊਟੀ ਕਰਦੇ, ਪਰ ਕੁਝ 2 ਕਿਲੋਮੀਟਰ ਤੇ ਇੱਕ ਪਿੰਡ ਸੀ ਤੇ ਉੱਥੇ ਇੱਕੋ ਇੱਕ ਦੁਕਾਨ ਸੀ। ਆਪਾਂ ਜੰਗਲ ਦੇ ਵਿੱਚ ਖੋਜ ਕਰਨ ਤੋਂ ਪਹਿਲਾਂ ਕੁਝ ਜ਼ਰੂਰੀ ਸਮਾਨ ਲੈਣ ਵਾਸਤੇ ਗਏ ਤੇ ਦੁਕਾਨਦਾਰ ਨੇ ਸਾਨੂੰ ਵੱਖਰੀ ਕਹਾਣੀ ਸੁਣਾ ਦਿੱਤੀ। ਦੁਕਾਨਦਾਰ ਕਹਿਣ ਲੱਗਿਆ, ਜਿਸ ਜਗ੍ਹਾ ਤੇ ਤੁਸੀਂ ਜਾ ਰਹੇ ਹੋ ਉੱਥੇ ਭੂਤਾਂ ਦਾ ਕਬਜ਼ਾ ਹੈ, ਜਿਸ ਕਾਰਨ ਉੱਥੇ ਕੋਈ ਨਹੀਂ ਰਹਿੰਦਾ। ਆਪਾਂ ਉਸ ਦੀਆਂ ਗੱਲਾਂ ਤੇ ਹੱਸਣ ਲੱਗੇ ਤੇ ਮਜ਼ਾਕ ਸਮਝ ਕੇ ਵਾਪਸ ਆ ਜਾਂਦੇ ਹਾਂ। ਆਪਾਂ ਸੋਚਦੇ ਹਾਂ ਕਿ ਜੰਗਲ ਦੀਆਂ ਲੱਕੜਾਂ ਚੋਰੀ ਕਰਨ ਵਾਸਤੇ ਇਹੋ ਜਿਹੀਆਂ ਅਫਵਾਹਾਂ ਫੈਲੀਆਂ ਹੋਣਗੀਆਂ ਤਾਂ ਜੋ ਕਿ ਉੱਧਰ ਕੋਈ ਨਾ ਜਾਵੇ, ਪਰ ਸ਼ਾਇਦ ਮੈਂ ਗਲਤ ਸੀ। ਪਰ ਇੱਥੇ ਤਾਂ ਕੁਝ ਹੋਰ ਹੀ ਚੱਲ ਰਿਹਾ ਸੀ। ਰਾਤ ਹੋਈ, ਆਪਾਂ ਖਾਣਾ ਬਣਾਇਆ, ਸੌਣ ਦੀ ਤਿਆਰੀ ਕੀਤੀ। ਉੱਥੇ 2 ਕਮਰੇ ਸਨ, ਮੈਂ ਤੇ ਮੇਰੇ ਸਟੂਡੈਂਟਸ ਇੱਕ ਕਮਰੇ ਦੇ ਵਿੱਚ ਪਏ ਤੇ ਬਾਕੀ 2 ਪ੍ਰੋਫੈਸਰ ਦੂਜੇ ਦੇ ਵਿੱਚ। ਜਦੋਂ ਸੌਣ ਲਈ ਚਲੇ ਗਏ ਤਾਂ ਰਾਤ ਦੇ ਸਮੇਂ ਜੰਗਲ ਬੜੇ ਭਿਆਨਕ ਆਵਾਜ਼ਾਂ ਦਿੰਦਾ ਹੈ। ਇਹ ਆਮ ਜੀ ਗੱਲ ਹੈ, ਉਸ ਸਮੇਂ ਆਪਣਾ ਨਿਤਨੇਮ ਕਰਕੇ ਕਿਤਾਬ ਪੜ੍ਹ ਰਿਹਾ ਸਾਂ ਕਿ ਅਚਾਨਕ ਮੈਨੂੰ ਅਜੀਬ ਜਿਹੀ ਆਵਾਜ਼ ਸੁਣਾਈ ਦਿੱਤੀ, ਜੋ ਕਿ ਨਾ ਤਾਂ ਜੰਗਲ ਦੀ ਸੀ ਤੇ ਨਾ ਹੀ ਕਿਸੇ ਜੰਗਲੀ ਜਾਨਵਰ ਦੀ। ਮੈਂ ਧਿਆਨ ਨਾ ਦੇ ਕੇ ਆਪਣੀ ਕਿਤਾਬ ਪੜ੍ਹਦਾ ਰਿਹਾ। ਕੁਝ ਸਮੇਂ ਬਾਅਦ ਦੂਜੇ ਪ੍ਰੋਫੈਸਰ ਮੇਰੇ ਕਮਰੇ ਦੇ ਵਿੱਚ ਆਉਂਦੇ ਨੇ ਤੇ ਕਹਿਣ ਲੱਗਦੇ ਨੇ ਉਹਨਾਂ ਦੇ ਕਮਰੇ ਵਿੱਚ ਕੋਈ ਘੁੰਮ ਰਿਹਾ ਸੀ ਤੇ ਬਹੁਤ ਹੀ ਭਿਆਨਕ ਆਵਾਜ਼ਾਂ ਕੱਢ ਰਿਹਾ ਸੀ। ਮੈਨੂੰ ਯਕੀਨ ਨਹੀਂ ਹੋਇਆ, ਮੈਂ ਆਪਣੇ ਕਮਰੇ ਵੱਲ ਗਿਆ। ਉੱਥੇ ਸੱਚ ਵਿੱਚ ਹੀ ਇੱਕ ਸਾਇਆ ਘੁੰਮਦਾ ਨਜ਼ਰ ਆਉਂਦਾ ਹੈ। ਡਰ ਤਾਂ ਲੱਗਿਆ, ਪਰ ਕੁਝ ਕਰ ਨਹੀਂ ਸਾਂ ਸਕਦੇ, ਕਿਉਂਕਿ ਆਪਾਂ ਫਸ ਚੁੱਕੇ ਸੀ। ਅਚਾਨਕ ਹੀ ਮੇਰੇ ਵਿਦਿਆਰਥੀਆਂ ਦੇ ਉੱਤੇ ਕਿਸੇ ਚੀਜ਼ ਨੇ ਵਾਰ ਕੀਤਾ ਤੇ ਲਗਾਤਾਰ ਹੁੰਦੇ ਰਹੇ ਵਾਰ, ਪਰ ਉੱਥੇ ਆਪਾਂ ਕੁਝ ਨਾ ਕਰ ਪਾਏ, ਕਿਉਂਕਿ ਆਪਾਂ ਉਸ ਚੀਜ਼ ਨੂੰ ਮਹਿਸੂਸ ਕਰ ਸਕਦੇ ਸੀ ਪਰ ਦਿਖਾਈ ਕੁਝ ਵੀ ਨਹੀਂ ਸੀ ਦਿੱਤਾ। ਡਰ ਕੇ ਸਾਰੇ ਲੋਕ ਬਾਹਰ ਜੰਗਲ ਵੱਲ ਭੱਜਦੇ ਨੇ, ਮੈਂ ਵੀ ਬਾਹਰ ਚਲਾ ਜਾਂਦਾ। ਕਹਿੰਦੇ ਜੰਗਲ ਦੇ ਵਿੱਚ ਕੁਝ 1.5 ਕਿਲੋਮੀਟਰ ਅੰਦਰ ਜਾ ਕੇ ਇੱਕ ਖਾਲੀ ਜਗ੍ਹਾ ਆਈ ਜਿੱਥੇ ਆਪਾਂ ਰੁਕੇ ਸਾਂ। ਉੱਥੇ ਇੱਕ ਪੁਰਾਣਾ ਘਰ ਤੇ ਖੂਹ ਸੀ। ਆਪਾਂ ਉੱਥੇ ਰੁਕ ਕੇ ਬਾਕੀਆਂ ਨੂੰ ਕਿਹਾ ਕਿ ਸਾਨੂੰ ਜੰਗਲ ਦੀ ਤਰਫ ਨਹੀਂ ਸਗੋਂ ਦੂਜੇ ਪਾਸੇ ਭੱਜਣਾ ਚਾਹੀਦਾ ਹੈ ਕਿ ਅਚਾਨਕ ਇੱਕ ਭਿਆਨਕ ਆਵਾਜ਼ ਸਾਡੇ ਕੋਲ ਆਈ, ਜਿਸ ਨਾਲ ਮੇਰਾ ਇੱਕ ਸਟੂਡੈਂਟ ਡਰ ਕੇ ਬੇਹੋਸ਼ ਹੁੰਦਾ ਹੈ। ਮੈਨੂੰ ਉਸ ਵੇਲੇ ਮਹਿਸੂਸ ਹੋਇਆ ਕਿ ਇੱਥੇ ਇੱਕ ਨਹੀਂ ਕਾਫੀ ਸਾਰੇ ਭੂਤ ਪ੍ਰੇਤ ਨੇ। ਹੁਣ ਸਾਡਾ ਬਚਣਾ ਬਿਲਕੁਲ ਮੁਸ਼ਕਲ ਸੀ। ਉੱਥੇ ਕਹਿੰਦੇ ਮੈਂ ਸਮਾਂ ਨਾ ਖਰਾਬ ਕਰਦਿਆਂ ਸਾਰਿਆਂ ਨੂੰ ਇਕੱਠਾ ਕਰਕੇ ਬਿਠਾ ਲਿਆ ਤੇ ਕਿਹਾ ਕਿ ਜੋ ਮੈਂ ਸ਼ਬਦ ਬੋਲਦਾ ਤੁਸੀਂ ਨਾਲ ਨਾਲ ਉਹ ਸ਼ਬਦ ਬੋਲਣੇ ਨੇ। ਮੈਂ ਚੌਂਕੜਾ ਮਾਰ ਕੇ ਤਾਤੀ ਵਾਹੁ ਨਾ ਲੱਗੇ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ। ਉਸ ਸ਼ਬਦ ਦਾ ਜਾਪ ਕਰਦਿਆਂ 1 ਘੰਟਾ ਬੀਤ ਗਿਆ। ਉਹ ਆਵਾਜ਼ਾਂ ਹੌਲੀ ਹੌਲੀ ਘੱਟ ਹੁੰਦੀਆਂ ਗਈਆਂ। ਸਾਰੀ ਰਾਤ ਆਪਾਂ ਉੱਥੇ ਸ਼ਬਦ ਪੜ੍ਹ ਕੇ ਗੁਜ਼ਾਰੀ, ਪਰ ਸਾਨੂੰ ਸਾਫ਼ ਸਾਫ਼ ਮਹਿਸੂਸ ਹੋ ਰਿਹਾ ਸੀ ਕਿ ਸਾਡੇ ਆਲੇ ਦੁਆਲੇ ਕੋਈ ਘੁੰਮ ਰਿਹਾ ਪਰ ਹਮਲਾ ਨਹੀਂ ਕਰ ਪਾ ਰਿਹਾ। ਸਾਰੀ ਰਾਤ ਜਾਪ ਕਰਦਿਆਂ ਆਪਾਂ ਥੱਕ ਚੁੱਕੇ। ਇੰਜ ਲੱਗ ਰਿਹਾ ਸੀ ਕਿ ਪ੍ਰੇਤ ਸਾਡੀ ਜਾਨ ਲੈ ਕੇ ਹੀ ਵਾਪਸ ਜਾਣਗੇ। ਮੈਂ ਮਨ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਅੱਗੇ ਕਹਿੰਦੇ ਅਰਦਾਸ ਕੀਤੀ ਹੈ, ਗੁਰੂ ਨਾਨਕ ਸਾਹਿਬ ਸਾਡੀ ਰੱਖਿਆ ਕਰੋ, ਇੱਥੇ ਤੁਹਾਡੀ ਬਾਣੀ ਦੇ ਸਹਾਰੇ ਦੀ ਲੋੜ ਹੈ, ਆਪਾਂ ਇਹਨਾਂ ਸ਼ਕਤੀਆਂ ਦੇ ਨਾਲ ਨਹੀਂ ਲੜ ਸਕਦੇ। ਇਹੀ ਅਰਦਾਸ ਕਹਿੰਦੇ ਆਪਣੇ ਮਨ ਦੇ ਅੰਦਰ ਵੀ ਅਸੀਂ ਕਰ ਰਹੇ ਸਾਂ ਕਿ ਮੇਰੇ ਕੰਨਾਂ ਦੇ ਵਿੱਚ ਜਪਜੀ ਸਾਹਿਬ ਬਾਣੀ ਦੀ ਆਵਾਜ਼ ਪਈ ਹੈ, ਜਿਵੇਂ ਕਿ ਪਿੰਡ ਦੇ ਗੁਰੂ ਘਰ ਦੇ ਵਿੱਚ ਅੰਮ੍ਰਿਤ ਵੇਲੇ ਸਪੀਕਰ ਦੇ ਵਿੱਚ ਪਾਠ ਕੋਈ ਕਰ ਰਿਹਾ ਹੋਵੇ। ਹੌਲੀ ਹੌਲੀ ਬਾਣੀ ਦੀ ਆਵਾਜ਼ ਉੱਚੀ ਹੋਈ ਤੇ ਸ਼ਾਇਦ ਬਾਣੀ ਸੁਣ ਕੇ ਪ੍ਰੇਤ ਵੀ ਉੱਥੋਂ ਚਲੇ ਜਾਂਦੇ ਨੇ, ਕਿਉਂਕਿ ਅੰਮ੍ਰਿਤ ਵੇਲਾ ਵੀ ਹੋ ਚੁੱਕਿਆ ਸੀ। ਦਿਨ ਚੜਿਆ ਤੇ ਆਪਾਂ ਆਪਣੇ ਕੈਂਪ ਵੱਲ ਗਏ, ਉੱਥੋਂ ਸਮਾਨ ਚੁੱਕਿਆ ਤੇ ਵਾਪਸ ਮੁੜ ਆਉਂਦੇ ਹਾਂ। ਦੁਕਾਨਦਾਰ ਸਾਨੂੰ ਜਾਂਦੇ
ਕਰਦਿਆਂ ਦੇਖ ਸਭ ਕੁਝ ਸਮਝ ਗਿਆ ਤੇ ਕਹਿਣ ਲੱਗਿਆ ਕਿ ਤੁਹਾਨੂੰ ਮੈਂ ਸੁਚੇਤ ਕੀਤਾ ਸੀ। ਮੈਂ ਉਸ ਦੁਕਾਨਦਾਰ ਦੇ ਕੋਲ ਜਾ ਕੇ ਮਾਫ਼ੀ ਮੰਗੀ, ਧੰਨਵਾਦ ਕੀਤਾ। ਦੁਕਾਨਦਾਰ ਨੇ ਕਿਹਾ ਕਿ ਤੁਸੀਂ ਰਾਤੀ ਬਚੇ ਕਿਸ ਤਰ੍ਹਾਂ, ਮੈਨੂੰ ਤੁਹਾਡੀ ਸਾਰੀ ਕਹਾਣੀ ਸਾਰੀ ਗੱਲ ਵਿਸਤਾਰ ਦੇ ਨਾਲ ਦੱਸੋ। ਤਾਂ ਅਸੀਂ ਉਸਨੂੰ ਸਾਰੀ ਗੱਲ ਸੁਣਾਈ। ਦੁਕਾਨਦਾਰ ਕਹਿੰਦਾ ਕਿ ਬਾਕੀ ਸਭ ਕੁਝ ਠੀਕ ਹੈ ਪਰ ਤੁਸੀਂ ਝੂਠ ਬੋਲ ਰਹੇ ਹੋ। ਮੈਂ ਕਿਹਾ ਹੈ ਕਿ ਇਸ ਵਿੱਚ ਕੁਝ ਵੀ ਨਹੀਂ, ਸਭ ਕੁਝ ਸੱਚ ਹੈ। ਦੁਕਾਨਦਾਰ ਨੇ ਕਿਹਾ ਕਿ ਅਜਿਹਾ ਕਿਵੇਂ ਹੋ ਸਕਦਾ ਹੈ? ਤੁਸੀਂ ਕਿਹਾ ਕਿ ਸਪੀਕਰ ਦੇ ਵਿੱਚ ਬਾਣੀ ਦੀ ਆਵਾਜ਼ ਸੁਣੀ ਜਿਸ ਨੂੰ ਸੁਣ ਕੇ ਪ੍ਰੇਤ ਉੱਥੋਂ ਚਲਿਆ ਗਿਆ, ਪਰ ਇੱਥੋਂ ਦੂਰ ਦੂਰ ਤੱਕ ਕੋਈ ਵੀ ਗੁਰਦੁਆਰਾ ਸਾਹਿਬ ਨਹੀਂ ਹੈ। ਇੱਥੇ 40 ਕਿਲੋਮੀਟਰ ਦੇ ਇਲਾਕੇ ਦੇ ਵਿੱਚ ਕੋਈ ਵੀ ਸਿੱਖ ਪਰਿਵਾਰ ਨਹੀਂ ਰਹਿੰਦਾ। ਫਿਰ ਤੁਸੀਂ ਕਿਹੜੇ ਸਪੀਕਰ ਦੇ ਵਿੱਚ ਕਿਹੜੀ ਬਾਣੀ ਸੁਣ ਲਈ? ਇੱਥੇ ਤਾਂ ਕਿਸੇ ਮੰਦਿਰ ਦੇ ਵਿੱਚ ਵੀ ਸਪੀਕਰ ਨਹੀਂ। ਦੁਕਾਨਦਾਰ ਦੀ ਇਹ ਗੱਲ ਸੁਣ ਕੇ ਉਸਦੀਆਂ ਲੱਤਾਂ ਕੰਬਣ ਲੱਗਦੀਆਂ ਨੇ। ਕਹਿੰਦੇ ਨੇ ਸਾਡੇ ਨਾਲ ਜੋ ਵੀ ਹੋ ਰਿਹਾ ਸੀ ਉਹ ਬਹੁਤ ਭਿਆਨਕ ਸੀ। ਕਹਿੰਦੇ ਕਦੇ ਕਦੇ ਮੈਂ ਸੋਚਦਾ ਕਿ ਉਹ ਜਪਜੀ ਸਾਹਿਬ ਪਾਠ ਦੀ ਆਵਾਜ਼ ਕਿੱਥੋਂ ਆਈ ਜੋ ਕਿ ਆਪਾਂ ਸਾਰਿਆਂ ਨੇ ਸੁਣੀ। ਇਹ ਕਿੱਸਾ ਮੈਂ ਆਪਣੇ ਘਰ ਪਰਿਵਾਰ ਦੋਸਤਾਂ ਤੇ ਕਹਿੰਦੇ ਰਿਸ਼ਤੇਦਾਰਾਂ ਨੂੰ ਸੁਣਾਇਆ, ਪਰ ਕਿਸੇ ਨੇ ਸੱਚ ਨਹੀਂ ਮੰਨਿਆ। ਇਹ ਸੱਚਾਈ ਸਾਡੇ ਪੰਚਾਂ ਦੇ ਵਿੱਚ ਕਾਇਮ ਹੈ। ਸੋ ਤੁਸੀਂ ਵੀ ਕਿਸੇ ਵੀ ਸਥਿਤੀ ਦੇ ਵਿੱਚ ਕਿਉਂ ਨਾ ਹੋਵੋ, ਜਿੰਨੀ ਮਰਜ਼ੀ ਵੱਡੀ ਸਥਿਤੀ ਤੁਹਾਡੇ ਸਾਹਮਣੇ ਕਿਉਂ ਨਾ ਹੋਵੇ, ਵਾਹਿਗੁਰੂ ਦਾ ਨਾਮ, ਭਰੋਸਾ, ਵਿਸ਼ਵਾਸ ਦੇ ਨਾਲ ਕੀਤੀ ਗਈ ਅਰਦਾਸ ਹਰ ਥਾਈਂ ਸਹਾਈ ਹੁੰਦੀ ਹੈ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਤੇ ਇਸੇ ਤਰ੍ਹਾਂ ਨਵੀਆਂ ਨਵੀਆਂ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।